बटाला च एक कलजुगी पिता वालों अपनी ही 14 साल नाबालिग धी नाल बलात्कार करने की कोशिश की गई है। घटना बटाला के नवरूप नगर इलाके की है। आरोपी ने घटना उस वे अंजाम देने की कोशिश की जो उसकी पत्नी घरों बाहर गई हुई सी ते उसकी धी घर कल्ली सुती हुई सी। घर विचों अपनी धी के चीखन की आवाज सुन के जब पीड़ित लड़की की मां घर वापस पहुंची तो आरोपी रविंदर अपनी धी नाल बलात्कार करने की कोशिश कर रहा है। जब पीड़ित की मां ने धी को छुड़ाने की कोशिश की तो आरोपी मौके तो फरार हो गया। चीख चिहाड़े की आवाज सुन के गश्त कर रही पुलिस मौके पर पहुंची तो आरोपी को गिरफ्तार कर लिया। दसया जा रहा है कि आरोपी पहला भी सुती पई अपनी धी दी अश्लील फोटो खिंचता सी जिस पर उसकी पत्नी कई बार इतराज जाहिर कर चुकी है। ਨਵਰੂਪ ਨਗਰ ਦੀ ਰਹਿਣ ਵਾਲੀ ਆ ਉਹ ਆਪਣੇ ਕੀ ਕੀ ਸਹੁਰਾ ਕੀ ਚਲਕ ਰਾਜ ਨੂੰ ਨਾਲ ਲੈ ਕੇ ਅਤੇ ਸਾਨੂੰ ਕੀ ਮਲਾਟੀ ਹੋਈ ਆ ਇਹਨੇ ਵੀ ਦੱਸਿਆ ਵੀ ਉਹ ਆਪਣੀ ਨਨਾਣ ਦੇ ਘਰ ਪਾਣੀ ਲੈਣ ਵਾਸਤੇ ਗਈ ਸੀ। ਜਦੋਂ ਵਾਪਸ ਆਈ ਆ ਅਤੇ ਉਸਦਾ ਆਪਣਾ ਹੀ ਧੀ ਪਤੀ ਜਿਹੜਾ ਉਹਦਾ ਉਹਦੀ 14 ਸਾਲ ਦੀ ਬੇਟੀ ਦੇ ਨਾਲ ਜ਼ਬਰਦਸਤੀ ਧੀ ਕਰ ਰਿਹਾ ਸੀ। ਉਹਨੇ ਆ ਕੇ ਉਹਨੂੰ ਵੀ ਛਡਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਰਵਿੰਦਰ ਕੁਮਾਰ ਨੇ ਉਹਦੇ ਵੀ ਦੂਜੀਆਂ ਵਗੈਰਾ ਵੀ ਵੱਡੀਆਂ ਅਤੇ ਮਾਰ ਪਟਾਈ ਕੀਤੀ ਹੈ। ਜਿਹਦੇ ਸੰਬੰਧ 'ਚ ਉਹਨੇ ਸਾਨੂੰ ਕੀ ਬਿਆਨ ਲਿਖਾਇਆ ਇਸ ਸੰਬੰਧੀ ਆਪਾਂ KSI ਪੰਜੂਵਾਲਾ ਵੱਲੋਂ 376-511-323-78 ਪਾਸਕੋ ਐਕਟ ਦੇ ਤਹਿਤ ਰਵਿੰਦਰ ਕੁਮਾਰ ਦੇ ਖਿਲਾਫ਼ ਕੇਸ ਰਜਿਸਟਰ ਕਰ ਲਿਆ। ਰਵਿੰਦਰ ਕੁਮਾਰ ਨੂੰ ਅਰੈਸਟ ਕਰਕੇ ਅੱਜ ਪੇਸ਼ ਅਦਾਲਤ ਕੀਤਾ। 1.5-2 ਮਹੀਨੇ ਤੋਂ ਪਹਿਲਾਂ ਵੀ ਉਹਦੇ ਨਾਲ ਇੱਦਾਂ ਦੀਆਂ ਕੀ ਹਰਕਤਾਂ ਕਰਦਾ ਸੀਗਾ। ਜਿਸ ਸੰਬੰਧੀ ਰੇਖਾ ਰਾਣੀ ਨੇ ਆਪਣੀ ਸੱਸ ਸਹੁਰੇ ਨੂੰ ਵੀ ਦੱਸਿਆ ਸੀ ਅਤੇ ਧਿਆਨ ਰੱਖਦੇ ਸੀ ਇਹਨੇ ਲੜਕੀ ਦੀਆਂ ਸੁੱਤੀ ਪਈ ਦੀਆਂ ਫੋਟੋਆਂ ਲਾਈਆਂ। ਉਹਦੀ ਜਿਹੜੀ ਪਾਣੀ ਵਾਲੀ ਧੀ ਬੋਤਲ ਲੈ ਕੇ ਜਾਂਦੀ ਸੀ ਉਹਦੇ ਨਾਲ ਵੀ ਗਲਤ ਹਰਕਤਾਂ ਕੀਤੀਆਂ ਅਤੇ ਕੱਪੜੇ ਕੁੱਪੜੇ ਜਿਹੜੇ ਉਹਦੇ ਹੈਗੇ ਇਹਦੇ ਕੀ ਮੈਮਰੀ ਕਾਰਡ 'ਚੋਂ ਬਰਾਮਦ ਹੋਇਆ ਸਭ ਕੁਝ। ਜਿੰਨੀਆਂ ਵੀ ਗਲਤ ਹਰਕਤਾਂ ਕਰਦਾ ਸੀ ਨਾ ਉਹ ਸਾਰਾ ਹੀ ਬਰਾਮਦ ਹੈ। ਇਹ ਅਸ਼ਲੀਲ ਹਰਕਤਾਂ ਕਰਕੇ ਅਤੇ ਉਹਦੀਆਂ ਆਪਣੇ ਮੈਮਰੀ ਕਾਰਡ 'ਚ ਫੀਲ ਕਰ ਲੈਂਦਾ ਸੀ। ਆਪਣੀ ਬੇਟੀ ਨਾਲ ਹੀ ਕਰਦਾ ਕਿਉਂਕਿ ਇਹ ਵੀ ਉਸ ਤਰ੍ਹਾਂ ਠੀਕ ਹੈ ਜਦੋਂ ਰਾਤ ਨੂੰ ਸ਼ਰਾਬ ਵੀ ਲੈਂਦਾ ਸੀ ਨਾ ਫਿਰ ਪ੍ਰੋਬਲਮ ਹੋ ਗਈ ਡਰ ਹੋ ਗਈ। ਇਹਨੇ ਬਹੁਤ ਜ਼ਿਆਦਾ ਘਿਨੌਣੀ ਹਰਕਤ ਕੀਤੀ ਹੈ। ਬੇਟੀ ਦੇ ਅਤੇ ਬਾਪ ਦੇ ਰਿਸ਼ਤੇ ਨੂੰ ਜਿਹੜਾ ਇਹਨੇ ਕੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਦੇ ਨਾਲ ਕੇਸ ਰਜਿਸਟਰ ਕਰਕੇ ਚਾਹੀਦਾ। फिलहाल पीड़ित परिवार धी के भविख खातर कैमरे से कुछ भी कहने तो इनकार कर रहा है। बटाला तो रिशपाल सिंह, खबर हरबल इंडिया लिए।